ਹੈਲੋ ਸਟੂਡੈਂਟਸ ਇਨ ਥਿਸ ਵੀਡੀਓ ਵੀ ਵਿਲ ਟਾਕ ਅਬਾਊਟ ਨੈਸ਼ਨਲ ਅਚੀਵਮੈਂਟ ਸਰਵੇ ਨੈਸ਼ਨਲ ਅਚੀਵਮੈਂਟ ਸਰਵੇ ਜੋ 12 ਨਵੰਬਰ ਨੂੰ ਹੋਣ ਜਾ ਰਿਹਾ ਹੈ ਉਹਦੇ ਮੈਂ ਪੀਪਲ ਕੁਐਸ਼ਨ ਇਅਰ ਨੂੰ ਇੱਥੇ ਡਿਸਕਸ ਕਰੂੰਗੀ ਪੀਪਲ ਕੁਐਸ਼ਨ ਇਅਰ ਕਿ ਇੱਕ ਸੈਂਪਲ ਬੁੱਕਲੇਟ ਮੈਂ ਤੁਹਾਨੂੰ ਉਹਦੇ ਆਨਸਰਸ ਤੁਹਾਨੂੰ ਸੈਂਪਲ ਆਨਸਰਸ ਪ੍ਰੋਵਾਈਡ ਕਰ ਰਹੀ ਹਾਂ ਇਹ ਸੈਂਪਲ ਆਨਸਰਸ ਹੈ ਇਹ ਜਨਰਲਾਈਜ਼ ਕੀਤੇ ਹੋਏ ਆਨਸਰਸ ਐ ਜ਼ਰੂਰੀ ਨਹੀਂ ਐ ਤੁਹਾਡੇ ਤੇ ਵੀ ਅਪਲਾਈ ਹੋਣ ਕਿਉਂਕਿ ਕੁਝ ਸਟੂਡੈਂਟਸ ਦੇ ਡਿਫਰੈਂਟ ਡਿਫਰੈਂਟ ਆਨਸਰਸ ਡਿਫਰੈਂਟ ਡਿਫਰੈਂਟ ਸਿਚੁਏਸ਼ਨਸ ਦੇ ਅਕੋਰਡਿੰਗ ਹੋ ਸਕਦੇ ਐ ਮੈਂ ਜੋ ਇਹ ਆਨਸਰਸ ਕਰ ਰਹੀ ਐ ਜਨਰਲਾਈਜ਼ ਬੇਸ ਕਰ ਰਹੀ ਐ ਜ਼ਿਆਦਾਤਰ ਬੱਚਿਆਂ ਦੇ ਇਹੀ ਆਨਸਰਸ ਹੋਣਗੇ ਕੁਝ ਦੇ ਵੈਰੀ ਕਰ ਸਕਦੇ ਐ ਸੋ ਸਟ੍ਰਿਕਟਲੀ ਫਾਲੋ ਕਰਨਾ ਜ਼ਰੂਰੀ ਨਹੀਂ ਐ ਤੁਸੀਂ ਆਪਣੇ ਅਕੋਰਡਿੰਗ ਫਾਲੋ ਕਰ ਸਕਦੇ ਹੋ ਮੈਂ ਤੁਹਾਨੂੰ ਜਸਟ ਸੈਂਪਲ ਆਨਸਰ ਦੱਸ ਰਹੀ ਐ please listen this video carefully and analysis according to yourselves so before this video start please subscribe this channel like and share it national achievement survey 10th ਕਲਾਸ ਦੇ ਸਟੂਡੈਂਟਸ ਦੇ ਕੁਐਸਚਨਸ ਬਾਰੇ ਗੱਲ ਕਰੂੰਗੀ ਦੇਖੋ ਜਿਵੇਂ ਕਿ ਫਰਸਟ ਸੈੱਟ ਹੈ ਸੈੱਟ ਦੇ ਵਿੱਚ ਪੁੱਛਿਆ ਗਿਆ ਤੁਸੀਂ ਕਿੰਨੇ ਭੈਣ ਭਰਾ ਹੋ ਕਿਉਂਕਿ ਇਹ ਕੁਐਸਚਨ ਹਰ ਇੱਕ ਇੰਡੀਵਿਜੂਅਲ ਦਾ ਅਲੱਗ-ਅਲੱਗ ਹੋਏਗਾ ਇਹਦਾ ਆਨਸਰ ਮੈਂ ਨਹੀਂ ਦੱਸ ਸਕਦੀ ਇਹ ਕਿਸੇ ਦੇ ਇੱਕ ਵੀ ਹੋ ਸਕਦਾ ਹੈ ਦੋ ਵੀ ਹੋ ਸਕਦੇ ਹਨ ਤਿੰਨ ਵੀ ਹੋ ਸਕਦੇ ਹਨ ਤੋਂ ਵੱਧ ਵੀ ਬੈਂਪਰਾ ਹੋ ਸਕਦੇ ਤੁਸੀਂ ਆਪਣੇ ਅਕੋਰਡਿੰਗ ਦੇਣਾ ਆਨਸਰ ਨੈਕਸਟ ਹੈ ਤੁਹਾਡੇ ਘਰ ਵਿੱਚ ਕੌਣ ਕੌਣ ਪੜਿਆ ਹੋਇਆ ਹੈ ਇਹਦਾ ਆਨਸਰ ਵੀ ਮੈਂ ਨਹੀਂ ਦੱਸ ਸਕਦੀ ਕਿਉਂਕਿ ਹਰ ਬੱਚੇ ਦੇ ਵਿੱਚ ਘਰ ਵਿੱਚ ਅਲੱਗ-ਅਲੱਗ ਪੜਿਆ ਹੋਇਆ ਹੋਊਗਾ ਮਾਤਾ ਕਿਸੇ ਦੀ ਮਾਤਾ ਪੜੇ ਹੋ ਸਕਦੇ ਕਿਸੇ ਦੇ ਪਿਤਾ ਪੜੇ ਹੋ ਸਕਦੇ ਕਿਸੇ ਦੇ ਦੋਵੇਂ ਹੋ ਸਕਦੇ ਕਿਤੇ ਕਿਸੇ ਦੇ ਕੋਈ ਨਹੀਂ ਹੋ ਸਕਦਾ 3rd ਕੁਐਸਚਨ ਤੁਹਾਡੀ ਮਾਤਾ ਜੀ ਦੀ ਵਿਦਿਅਕ ਯੋਗਤਾ ਇਹਦੇ ਤੁਸੀਂ ਆਪਣੇ ਮੰਮੀ ਦੀ ਪੜਾਈ ਬਾਰੇ ਦੱਸਣਾ ਵੀ ਉਹ ਕਿੰਨਾ ਪੜੇ ਹੋਏ ਆ ਨਹੀਂ ਪੜ ਸਕਦੇ ਤਾਂ ਪਹਿਲਾ ਆਪਸ਼ਨ ਜੇ ਪ੍ਰਾਇਮਰੀ ਤੋਂ 5ਵੀਂ ਤੋਂ ਘੱਟ ਹੈ ਤੀਜੀ ਚੌਥੀ ਤਾਂ ਸੈਕੰਡ ਆਪਸ਼ਨ 5ਵੀਂ ਤਾਂ ਥਰਡ ਆਪਸ਼ਨ ਅਪ ਟੂ 8 ਤੱਕ ਤਾਂ ਚੌਥਾ ਸਕੈਂਡਰੀ ਆਪਣਾ 10th ਤੱਕ ਹਾਇਰ ਸਕੈਂਡਰੀ ਪਲੱਸ 2 ਤੱਕ ਉਸ ਤੋਂ ਬਾਅਦ ਡਿਪਲੋਮਾ ਸਰਟੀਫਿਕੇਟ ਕੋਲ ਹੈ ਜਾਂ ਕਾਲਜ ਤੋਂ ਅੱਗੇ ਅਕੋਰਡਿੰਗ ਤੁਸੀਂ ਮਾਰਕ ਕਰ ਦੇਣਾ ਫੋਰਥ ਕੁਐਸਚਨ ਹੈ ਤੁਹਾਡੇ ਮਾਤਾ ਜੀ ਕੀ ਕੰਮ ਕਰਦੇ ਹਨ ਇਹ ਵੀ ਤੁਸੀਂ ਆਪਣੇ ਅਕੋਰਡਿੰਗ ਦੇਖਣਾ ਵੀ ਖੇਤੀਬਾੜੀ ਹੈ ਸਵੈ ਰੁਜ਼ਗਾਰ ਮੀਨਸ ਘਰੇ ਆਪਣਾ ਕੰਮ ਕਰਦੇ ਆ ਜਿਵੇਂ ਸਲਾਈ ਕਢਾਈ ਕੁਝ ਹੋਰ ਕੰਮ ਜਿਵੇਂ ਜੋ ਘਰੇ ਰਹਿ ਕੇ ਕਰਦੇ ਆ ਜਾਂ ਮਜ਼ਦੂਰੀ ਅਗੇ ਫੋਰਥ ਛੋਟੇ ਉਦਯੋਗਕਰ ਫਿਫਥ ਸਰਕਾਰੀ ਕਰਮਚਾਰੀ 6 ਘਰੇਲੂ ਕੰਮ ਜਾਂ 7ਵਾਂ ਬੇਰੁਜ਼ਗਾਰ ਇਹਨਾਂ ਦੇ ਵਿੱਚ ਤੁਸੀਂ ਆਪਣਾ অপশন লব ਲੈਣਾ नेक्स्ट ਹੈ ਫਿਫਥ ਕੁਐਸਚਨ ਕੀ ਤੁਸੀਂ ਸਕੂਲ ਹਰ ਰੋਜ਼ ਨਹਾ ਕੇ ਆਉਂਦੇ ਹੋ ਦੇਖੋ ਜ਼ਿਆਦਾਤਰ ਬੱਚੇ ਮੀਨਸ ਸਾਰੇ ਬੱਚੇ অলমোਸਟ ਸਾਰੇ ਮੈਂ ਕਹਿਣਾ ਚਾਹੂੰਗੀ ਸਾਰੇ ਨਹਾ ਕੇ ਹੀ ਆਉਂਦੇ ਆ ਕੋਈ ਇੱਕਾ ਦੁਕਾ ਹੁੰਦੇ ਹੋ ਆਪ ਦੇ ਅਕੋਰਡਿੰਗ ਤੁਸੀਂ ਲਿਖ ਸਕਦੇ ਹੋ ਪਰ ਇਹਦੇ ਵਿੱਚ ਮੇਰਾ ਆਨਸਰ ਹੋਊਗਾ ਹਮੇਸ਼ਾ ਹਮੇਸ਼ਾ ਸਕੂਲ ਨਹਾ ਕੇ ਆਉਂਦੇ ਹਾਂ 6 ਹੈ ਕੀ ਤੁਹਾਨੂੰ ਆਪਣੇ ਅਧਿਆਪਕਾਂ ਤੋਂ ਡਰ ਲੱਗਦਾ ਹੈ ਦੇਖੋ ਜੇ ਬੱਚਾ ਜਿਹੜਾ ਵੀ ਸਟੂਡੈਂਟ ਹੈ ਉਹ ਰਿਸਪਾਂਸਿਬਿਲਟੀ ਨਾਲ ਕੰਮ ਕਰ ਰਿਹਾ ਹੈ ਉਹਨੂੰ ਆਪਣੇ ਅਧਿਆਪਕ ਤੋਂ ਡਰ ਨਹੀਂ ਲੱਗਦਾ ਤਾਂ ਇਹ ਵੀ ਡਿਪੈਂਡ ਕਰਦਾ ਵੀ ਉਹ ਸਟੂਡੈਂਟ ਕਿਸ ਟਾਈਪ ਦਾ ਹੈ ਤਾਂ ਮੋਸਟ ਆਫ ਦਾ ਸਟੂਡੈਂਟਸ ਜਿਹੜੇ ਹੁੰਦੇ ਆ ਉਹ ਅਧਿਆਪਕ ਤੋਂ ਨਹੀਂ ਡਰਦੇ ਕਿਉਂਕਿ ਉਹ ਸਹੀ ਕੰਮ ਕਰ ਰਹੇ ਹੁੰਦੇ ਆ ਜਿਹੜੇ ਬੱਚੇ ਸਹੀ ਕੰਮ ਨਹੀਂ ਕਰਦੇ ਉਹ ਡਰਦੇ ਆ ਤਾਂ ਮੇਰਾ ਆਨਸਰ ਹੋਊਗਾ ਹਮੇਸ਼ਾ ਕਿਉਂਕਿ ਜੇ ਆਪਾਂ ਟਾਈਮ ਤੇ ਕੰਮ ਕਰ ਰਹੇ ਆ ਤਾਂ ਸੌਰੀ ਆਨਸਰ ਹੋਊਗਾ ਕਦੇ ਨਹੀਂ ਮੇਰਾ ਆਨਸਰ ਹੈ ਕਦੇ ਨਹੀਂ ਕਿਉਂਕਿ ਮੈਨੂੰ ਅਧਿਆਪਕ ਤੋਂ ਡਰ ਨਹੀਂ ਲੱਗਦਾ ਕਿਉਂਕਿ ਮੈਂ ਆਪਣਾ ਕੰਮ ਪੂਰਾ ਕਰਦਾ ਹਾਂ ਨੈਕਸਟ 7th ਕੀ ਤੁਸੀਂ ਖਾਣਾ ਖਾਣ ਤੋਂ ਪਹਿਲਾਂ ਤੇ ਬਾਅਦ ਵਿੱਚ ਹੱਥ ਧੋਂਦੇ ਹੋ ਹਾਂਜੀ ਹਮੇਸ਼ਾ ਧੋਂਦੇ ਹਾਂ ਖਾਣਾ ਖਾਣ ਤੋਂ ਬਾਅਦ ਤੇ ਪਹਿਲਾਂ ਦੋਨੋਂ ਟਾਈਮ ਹੱਥ ਧੋਂਦੇ ਹਾਂ ਨੈਕਸਟ 8th ਕੀ ਤੁਹਾਨੂੰ ਲਾਇਬ੍ਰੇਰੀ ਦੀਆਂ ਪੁਸਤਕਾਂ ਪੜ੍ਹਨੀਆਂ ਚੰਗੀਆਂ ਲੱਗਦੀਆਂ ਹਨ ਹਾਂਜੀ ਹਾਂ ਇਹਦੇ ਆਪਸ਼ਨਸ ਹੈਗੇ ਹਾਂ ਦੋ ਕੁਝ ਕਿਤਾਬਾਂ ਤੀਸਰਾ ਸਾਰੀਆਂ ਕਿਤਾਬਾਂ ਚੌਥਾ ਨਹੀਂ ਤਾਂ ਆਪਾਂ ਲਿਖਾਂਗੇ ਮੇਰਾ ਆਨਸਰ ਹੋਊਗਾ ਹਾਂ ਮੈਨੂੰ ਕਿਤਾਬਾਂ ਪੜ੍ਹਨੀਆਂ ਚੰਗੀਆਂ ਲੱਗਦੀਆਂ ਹਨ 9th ਕੀ ਖੇਡ ਪੀਰੀਅਡ ਦੌਰਾਨ ਤੁਸੀਂ ਅਧਿਆਪਕ ਨਾਲ ਗਰਾਊਂਡ ਵਿੱਚ ਜਾਂਦੇ ਹੋ ਦੇਖੋ ਇਹ ਤੁਸੀਂ ਆਪਣੇ ਅਕੋਰਡਿੰਗ ਦੇਖਣਾ ਜੋ ਮੇਰੇ ਸਕੂਲ ਵਿੱਚ ਹੈ ਤਾਂ ਅਸੀਂ ਹਮੇਸ਼ਾ ਜਾਂਦੇ ਹਾਂ 10th ਕੀ ਤੁਹਾਡੇ ਮਾਤਾ ਪਿਤਾ ਸਕੂਲ ਆਉਂਦੇ ਹਨ ਹਾਂਜੀ ਇਹ ਤੁਸੀਂ ਆਪਣੇ ਅਕੋਰਡਿੰਗ ਲਿਖਣਾ ਹੈ ਵੈਸੇ ਜ਼ਿਆਦਾਤਰ ਬੱਚਿਆਂ ਦੇ ਮਾਤਾ ਪਿਤਾ ਸਕੂਲ ਆਉਂਦੇ ਹੀ ਹਨ ਤਾਂ ਹਮ ਅਨਸਰ ਆਵੇਗਾ ਮੈਂ ਸਟੈਂਡਰਡ ਅਨਸਰ ਦੱਸ ਰਹੀ ਹਾਂ ਜਨਰਲਾਈਜ਼ ਜੋ ਜ਼ਿਆਦਾਤਰ ਬੱਚਿਆਂ ਦਾ ਹੋਵੇਗਾ ਤਾਂ ਇਸ ਪੁਆਇੰਟ ਨੂੰ ਧਿਆਨ ਵਿੱਚ ਰੱਖਣਾ ਹੈ 11th ਕੀ ਤੁਹਾਨੂੰ ਕਦੇ ਸਵੇਰ ਦੀ ਸਭਾ ਵਿੱਚ ਸਟੇਜ ਤੇ ਬੋਲਣ ਦਾ ਮੌਕਾ ਮਿਲਿਆ ਹੈ ਮੇਰਾ ਅਨਸਰ ਹਮੇਸ਼ਾ ਹੋਵੇਗਾ ਬਾਕੀ ਤੁਸੀਂ ਆਪਣੇ ਅਕੋਰਡਿੰਗ ਦੱਸ ਸਕਦੇ ਹੋ ਕਦੇ-ਕਦੇ ਜਾਂ ਕਦੇ ਨਹੀਂ ਮੇਰਾ ਆਨਸਰ ਹਮੇਸ਼ਾ ਹੈ ਕਿਉਂਕਿ ਹਾਊਸ ਡਿਊਟੀ ਹੁੰਦੀ ਹੈ ਕੋਈ ਕੁਇਜ਼ ਹੁੰਦਾ ਹੈ ਜਾਂ ਕੋਈ ਜ਼ਰੂਰੀ ਨਹੀਂ ਹੈ ਆਪਾਂ ਕਿਸੇ ਨਾ ਕਿਸੇ ਵੀ ਇਹਦੇ ਵਿੱਚ ਆਪਾਂ ਨਿਊਜ਼ ਦਾ ਥਾਟ ਆਪਾਂ ਸਵੇਰ ਦੀ ਸਭਾ ਵਿੱਚ ਬੋਲਦੇ ਆਂ ਨੈਕਸਟ ਸੈਟ 12 ਤੁਸੀਂ ਸਕੂਲ ਆਉਣ ਤੋਂ ਪਹਿਲਾਂ ਕੀ ਕਰਦੇ ਹੋ ਨਹਾਉਂਦਾ ਹਾਂ ਵਰਦੀ ਪਹਿਨਦਾ ਹਾਂ ਦੋਨੋਂ ਕੰਮ ਕਰਦਾ ਹਾਂ ਕੁਝ ਨਹੀਂ ਕਰਦਾ ਦੇਖੋ ਨਹਾ ਕੇ ਵਰਦੀ ਪਾਣੇ ਆਪਾਂ ਸਕੂਲ ਆਉਣ ਤੋਂ ਪਹਿਲਾਂ ਤਾਂ ਦੋਨੋਂ ਕੰਮ ਹੋ ਗਏ ਤਾਂ ਥਰਡ ਆਪਸ਼ਨ ਆਏਗਾ ਨੈਕਸਟ ਹੈ 13 ਤੁਹਾਡੇ ਮਾਤਾ ਪਿਤਾ ਦਾ ਤੁਹਾਡੀ ਪੜ੍ਹਾਈ ਪ੍ਰਤੀ ਕੀ ਵਿਵਹਾਰ ਹੁੰਦਾ ਹੈ ਪਹਿਲਾ ਆਪਸ਼ਨ ਹੈ ਪੜ੍ਹਾਈ ਸੰਬੰਧੀ ਜਾਣਕਾਰੀ ਨਹੀਂ ਪੜਨ ਲਈ ਕਹਿੰਦੇ ਰਹਿੰਦੇ ਹਨ ਬਹੁਤ ਗੁੱਸਾ ਕਰਦੇ ਹਨ ਕੁਝ ਨਹੀਂ ਕਹਿੰਦੇ ਦੇਖੋ ਆਪਣੇ ਮੰਮੀ ਪਾਪਾ ਚਾਹੇ ਪੜ੍ਹੇ ਜਾਂ ਚਾਹੇ ਨਹੀਂ ਪੜ੍ਹੇ ਪਰ ਆਪਾਂ ਨੂੰ ਪੜਨ ਲਈ ਜ਼ਰੂਰ ਕਹਿੰਦੇ ਆ ਤਾਂ ਆਪਣਾ ਸੈਕਿੰਡ ਆਪਸ਼ਨ ਇਹਦਾ ਆਨਸਰ ਬਣੂਗਾ ਪੜਨ ਲਈ ਕਹਿੰਦੇ ਰਹਿੰਦੇ ਆ ਨੈਕਸਟ 14 ਕੀ ਤੁਹਾਨੂੰ ਸਾਰੇ ਬੱਚਿਆਂ ਨਾਲ ਮਿਲ ਕੇ ਕਵਿਤਾ ਗਾਉਣਾ ਵਧੀਆ ਲੱਗਦਾ ਹੈ ਦੇਖੋ ਕਲਾਸ ਵਿੱਚ ਰੀਡਿੰਗ ਕਰਦੇ ਆ ਤਾਂ ਮੈਨੂੰ ਤਾਂ ਬਹੁਤ ਅੱਛਾ ਲੱਗਦਾ ਹੈ ਜਦੋਂ ਅਸੀਂ ਸਾਰੇ ਮਿਲ ਕੇ ਪੋਇਮ ਬੋਲਦੇ ਆ ਤਾਂ ਮੇਰਾ ਆਨਸਰ ਹਾਂ ਹੋਵੇਗਾ ਬਾਕੀ ਤੁਸੀਂ ਆਪਣੇ ਅਕੋਰਡਿੰਗ ਦੇਖਣਾ ਹੈ 15 ਤੁਹਾਡੀ ਪੜਾਈ ਸਬੰਧੀ ਮਾੜੀ ਕਰ ਗੁਜ਼ਾਰੀ ਹੋਣ ਤੇ ਅਧਿਆਪਕ ਦਾ ਤੁਹਾਡੇ ਪ੍ਰਤੀ ਕੀ ਵਿਵਹਾਰ ਹੁੰਦਾ ਹੈ ਦੇਖੋ ਜੇ ਤੁਸੀਂ ਪੜਾਈ ਚ ਵਧੀਆ ਨਹੀਂ ਕਰਦੇ ਟੀਚਰ ਤੁਹਾਨੂੰ ਕੀ ਕਹਿੰਦੇ ਆ ਬਹੁਤ ਗੁੱਸਾ ਕਰਦੇ ਆ ਕੁਝ ਨਹੀਂ ਕਹਿੰਦੇ ਇੱਕ ਵਾਰ ਕਹਿੰਦੇ ਹਨ ਗਲਤੀਆਂ ਬਾਰੇ ਸਮਝਾਉਂਦੇ ਹਨ ਤਾਂ ਇਹਦਾ ਆਨਸਰ ਮੇਰਾ ਜਿਹੜਾ ਹੋਊਗਾ ਉਹ 4th ਹੋਊਗਾ ਗਲਤੀਆਂ ਬਾਰੇ ਸਮਝਾਉਂਦੇ ਹਨ ਜੋ ਆਪਣਾ ਆਪਾਂ ਸਹੀ ਗੱਲ ਕੰਮ ਨਹੀਂ ਕਰਦੇ ਆਪਾਂ ਨੂੰ ਕਰੈਕਟ ਆਨਸਰ ਦੱਸਦੇ ਆ ਟੀਚਰ ਉਹਨੂੰ ਕਿਸ ਤਰੀਕੇ ਨਾਲ ਆਪਾਂ ਸੁਧਾਰ ਸਕਦੇ ਆ ਆਪਾਂ ਨੂੰ ਆਪਾਂ ਨੂੰ ਉਹ ਸੁਜੈਸ਼ਨਸ ਦਿੰਦੇ ਰਹਿੰਦੇ ਆ ਇਹ ਕਿਸ ਤਰੀਕੇ ਨਾਲ ਪੜਾਈ ਕਰਨੀ ਚਾਹੀਦੀ ਹੈ ਤਾਂ 4th ਆਨਸਰ ਬਣੇਗਾ ਕਰੈਕਟ next 16 ਤੁਹਾਨੂੰ ਆਪਣੀ ਜਮਾਤ ਦਾ ਕਮਰਾ ਕਿਹੋ ਜਿਹਾ ਲੱਗਦਾ ਹੈ ਬਹੁਤ ਵਧੀਆ ਚੰਗਾ ਨਹੀਂ ਲੱਗਦਾ ਠੀਕ ਹੈ ਬਹੁਤ ਬੁਰਾ ਲੱਗਦਾ ਹੈ ਇਹ ਤੁਹਾਨੂੰ ਆਪਣੇ ਕਲਾਸਰੂਮ ਸੇ ਡਿਪੈਂਡ ਕਰਦਾ ਜੋ ਮੇਰੇ ਸਕੂਲ ਦੇ ਵਿੱਚ ਕਮਰਾ ਹੈ ਉਹ ਮੈਨੂੰ ਬਹੁਤ ਵਧੀਆ ਲੱਗਦਾ ਹੈ 17 ਤੁਹਾਨੂੰ ਆਪਣੇ ਸਕੂਲ ਵਿੱਚ ਸਮਾਂ ਬਿਤਾਉਣਾ ਕਿਹੋ ਜਿਹਾ ਲੱਗਦਾ ਹੈ ਬਹੁਤ ਵਧੀਆ ਚੰਗਾ ਨਹੀਂ ਲੱਗਦਾ ਠੀਕ ਹੈ ਬਹੁਤ ਬੁਰਾ ਲੱਗਦਾ ਹੈ ਇਹ ਵੀ ਡਿਪੈਂਡ ਕਰਦਾ ਹੈ ਬੱਚੇ ਦਾ ਇੰਟਰਸਕੂਲ ਦੇ ਵਿੱਚ ਕਿੰਨਾ ਹੈ ਤਾਂ ਮੇਰੇ ਅਕਾਰਡਿੰਗ ਮੈਨੂੰ ਸਕੂਲ ਵਿੱਚ ਸਮਾਂ ਬਤਾਣਾ ਬਹੁਤ ਵਧੀਆ ਲੱਗਦਾ ਹੈ ਨੰਬਰ 1 ਆਪਸ਼ਨ ਕਰੈਕਟ ਹੈ 18 ਕੀ ਤੁਹਾਨੂੰ ਪਾਠ ਪੁਸਤਕ ਤੋਂ ਇਲਾਵਾ ਵੀ ਕੋਈ ਹੋਰ ਸਿੱਖਣ ਸਹਾਇਕ ਸਮਗਰੀ ਮਿਲੀ ਹੈ ਪਾਠ ਪੁਸਤਕ ਤੋਂ ਇਲਾਵਾ ਹੋਰ ਸਿੱਖਣ ਸਹਾਇਕ ਸਮਗਰੀ ਕੀ ਹੁੰਦਾ ਹੈ ਸਿੱਖਣ ਸਹਾਇਕ ਸਮਗਰੀ ਦੇ ਵਿੱਚ ਕੀ ਹੁੰਦਾ ਜੋ ਆਪਾਂ ਹੋਰ ਮਟੀਰੀਅਲ ਐਕਸਟਰਾ ਮਟੀਰੀਅਲ ਯੂਜ਼ ਕਰ ਰਹੇ ਆ ਜਿਵੇਂ ਵਰਕਸ਼ੀਟਸ ਆਉਂਦੀਆਂ ਆਪਾਂ ਨੂੰ ਅਸਾਈਨਮੈਂਟਸ ਆਉਂਦੀਆਂ ਤਾਂ ਹੋਰ ਬੁਕਸ ਹੁੰਦੀਆਂ ਤੇ ਇਹ ਇਹ ਆ ਜਾਂਦੀ ਹੈ ਸਿੱਖਣ ਸਹਾਇਕ ਸਮਗਰੀ ਤਾਂ ਤੁਹਾਡੇ ਕੋਲ ਹਰ ਹਰ ਤਰ੍ਹਾਂ ਦੀਆਂ ਵਰਕਸ਼ੀਟਸ ਆਉਂਦੀਆਂ ਨੇ ਆਪਣੇ ਕੋਲ ਬੁੱਕਲੇਟਸ ਆ ਰਹੀਆਂ ਤਾਂ ਇਹ ਇਹਦਾ ਆਨਸਰ ਆਏਗਾ ਹਾਂ ਨਿਕਸਨ 19 ਤੁਹਾਨੂੰ ਘਰ ਵਿੱਚ ਪੜਾਈ ਕਰਨ ਲਈ ਕੌਣ ਮਦਦ ਕਰਦਾ ਹੈ ਇਹ ਵੀ ਡਿਪੈਂਡ ਕਰਦਾ ਵੀ ਤੁਹਾਡੇ ਕੋਲ ਹੈਲਪ ਕੌਣ ਕਰ ਰਿਹਾ ਹੈ ਹਰ ਇੱਕ ਕਿਸੇ ਦਾ ਅਲੱਗ-ਅਲੱਗ ਹੁੰਦਾ ਹੈ ਮਾਤਾ ਜੀ ਪਿਤਾ ਜੀ ਭੈਣ ਭਰਾ ਦਾਦਾ ਦਾਦੀ ਕੋਈ ਹੋਰ ਤੇ ਤੁਸੀਂ ਆਪਣੇ ਅਕੋਰਡਿੰਗ ਆਨਸਰ ਕਰਨਾ ਹੈ 20th ਕੀ ਤੁਹਾਨੂੰ ਸਕੂਲ ਸਮੇਂ ਤੋਂ ਬਾਅਦ ਕਿਤੇ ਕਮਾਈ ਲਈ ਕੋਈ ਕੰਮ ਕਰਦੇ ਹੋ ਅਗਰ ਕੋਈ ਬੱਚੇ ਸਕੂਲ ਤੋਂ ਬਾਅਦ ਕੰਮ ਕਰਦੇ ਆ ਤਾਂ ਹਾਂ ਲਿਖ ਸਕਦੇ ਆ ਜੇ ਨਹੀਂ ਕਰਦੇ ਉਹ ਨਹੀਂ ਲਿਖ ਸਕਦੇ ਆ ਨੈਕਸਟ ਸੈਟ ਟੂ ਅ ਡੇ ਅਧਿਆਪਕ ਤੁਹਾਡੀਆਂ ਕਾਪੀਆਂ ਕਦੋਂ ਚੈੱਕ ਕਰਦੇ ਹਨ ਹਰ ਰੋਜ਼ ਇੱਕ ਦਿਨ ਬਾਅਦ ਦੋ ਦਿਨ ਬਾਅਦ ਤਿੰਨ ਦਿਨ ਬਾਅਦ ਚਾਰ ਦਿਨ ਬਾਅਦ ਹਰ ਹਫ਼ਤੇ ਮਹੀਨੇ ਵਿੱਚ ਇੱਕ ਵਾਰ ਕਦੇ ਨਹੀਂ ਦੇਖੋ ਹਰ ਕਿਸੇ ਦੇ ਅਧਿਆਪਕ ਰੋਜ਼ ਕਾਪੀਆਂ ਚੈੱਕ ਕਰਦੇ ਆ ਉਹ ਕਿਸੇ ਵੀ ਟਾਈਮ ਹੋ ਸਕਦੀ ਹੈ ਕਿਸੇ ਵੀ ਬੱਚੇ ਦੀ ਹੋ ਸਕਦੀ ਹੈ ਉਹ ਟੈਸਟ ਕਾਪੀ ਵੀ ਹੋ ਸਕਦੀ ਹੈ ਫੇਅਰ ਕਾਪੀ ਵੀ ਹੋ ਸਕਦੀ ਹੈ ਰਫ ਕਾਪੀ ਵੀ ਹੋ ਸਕਦੀ ਹੈ ਠੀਕ ਹੈ ਇਹ ਜ਼ਰੂਰੀ ਨਹੀਂ ਹੈ ਤੁਸੀਂ ਕਾਪੀਆਂ ਤੋਂ ਮਤਲਬ ਪੱਕੀ ਕਾਪੀ ਤੋਂ ਹੀ ਲੈਣਾ ਹੈ ਤੇ ਕਾਪੀ ਕੋਈ ਵੀ ਹੋ ਸਕਦੀ ਹੈ ਜੋ ਹੋਮਵਰਕ ਲਈ ਕਾਪਨ ਦਿੱਤਾ ਤੁਹਾਨੂੰ ਉਹ ਵੀ ਹੋ ਸਕਦਾ ਹੈ ਕੋਈ ਰਫ ਕਾਪੀ ਹੋ ਸਕਦੀ ਹੈ ਕੋਈ ਟੈਸਟ ਕਾਪੀ ਹੈ ਉਹ ਵੀ ਹੋ ਸਕਦੀ ਹੈ ਇਹ ਵੀ ਨਹੀਂ ਦੇਖਣਾ ਵੀ ਉਹ ਸਿਰਫ ਤੁਹਾਡੀ ਹੀ ਹੋਵੇ ਤੁਹਾਡੀ ਕਲਾਸ ਚੋ ਕਿਸੇ ਨਾ ਕਿਸੇ ਬੱਚੇ ਦੀ ਤਾਂ ਹੋ ਰਹੀ ਹੈ ਚੈੱਕ ਕਰੋ ਜਿਵੇਂ ਮੈਡਮ ਨੇ ਅੱਜ ਜਾਂ ਮੈਡਮ ਜਾਂ ਸਰ ਨੇ ਪਹਿਲੇ 10 ਰੋਲ ਨੰਬਰਸ ਦੀ ਇੱਕ ਦਿਨ ਕੀਤੀ ਅਗਲੇ ਦਿਨ ਅਗਲੇ 10 ਦੀ ਕੀਤੀ ਮੀਨਸ ਉਹ ਰੋਜ਼ ਕਰ ਰਹੀ ਹੈ ਚੈੱਕ ਕਿਸੇ ਨਾ ਕਿਸੇ ਦੀ ਤਾਂ ਟਰਨ ਜ਼ਰੂਰ ਆ ਰਹੀ ਹੈ ਤਾਂ ਜ਼ਿਆਦਾਤਰ ਟੀਚਰ ਹੈਗੇ ਆ ਜੋ ਹਰ ਰੋਜ਼ ਕੰਮ ਕਰਦੇ ਆ ਕਾਪੀ ਚੈਕਿੰਗ ਦਾ ਤਾਂ ਮੇਰੇ ਅਕੋਰਡਿੰਗ ਆਨਸਰ ਇਹ ਬਣੂਗਾ ਹਰ ਰੋਜ਼ ਪਹਿਲਾ ਆਪਸ਼ਨ ਬਾਕੀ ਤੁਸੀਂ ਆਪਣੇ ਅਕੋਰਡਿੰਗ ਦੇਖ ਸਕਦੇ ਹੋ 22 ਦੁਪਹਿਰ ਦਾ ਭੋਜਨ ਕਰਨ ਸਮੇਂ ਅੱਛਾ ਦੁਪਹਿਰ ਦਾ ਭੋਜਨ ਕਰਨ ਸਮੇਂ ਤੁਹਾਡੇ ਸਕੂਲ ਵਿੱਚ ਕਿਵੇਂ ਹੁੰਦਾ ਹੈ ਸਾਰੇ ਬੱਚੇ ਲਾਈਨਾਂ ਵਿੱਚ ਬੈਠਦੇ ਹਨ ਸਾਰੇ ਬੱਚੇ ਭੋਜਨ ਕਰਨ ਤੋਂ ਪਹਿਲਾਂ ਸਾਬਨ ਨਾਲ ਹੱਥ ਧੋਂਦੇ ਹਨ ਭੋਜਨ ਕਰਨ ਸਮੇਂ ਸਾਰੇ ਅਧਿਆਪਕ ਸਾਡੇ ਕੋਲ ਮੌਜੂਦ ਰਹਿੰਦੇ ਹਨ ਪਹਿਲਾ ਅਤੇ ਦੂਜਾ ਉੱਤਰ ਸਹੀ ਹੈ ਪਹਿਲਾ ਦੂਜਾ ਅਤੇ ਤੀਜਾ ਉੱਤਰ ਠੀਕ ਹੈ ਕੁਝ ਨਹੀਂ ਕਰਦੇ ਦੇਖੋ ਸਾਰੇ ਬੱਚੇ ਲਾਈਨਾਂ 'ਚ ਬੈਠਦੇ ਆ ਪਹਿਲਾ ਵੀ ਸਹੀ ਹੈ ਸਾਰੇ ਬੱਚੇ ਹੱਥ ਧੋਂਦੇ ਆ ਇਹ ਵੀ ਸਹੀ ਹੈ ਤੀਸਰਾ ਅਧਿਆਪਕ ਵੀ ਤੁਹਾਡੇ ਕੋਲ ਖੜੇ ਹੁੰਦੇ ਮਿੱਡੇ ਮੀਲ ਗਰਾਊਂਡ ਦੇ ਵਿੱਚ ਤਾਂ ਤਿੰਨੋਂ ਆਪਸ਼ਨ ਸਹੀ ਐ ਇਹਦਾ ਮਤਲਬ ਪੰਜਵਾਂ ਆਮਸਾ ਤੁਹਾਡਾ ਸਹੀ ਬਣੂਗਾ ਪਹਿਲਾ ਦੂਜਾ ਤੇ ਤੀਜਾ ਉੱਤਰ ਠੀਕ ਹੈ 23 ਤੁਹਾਡੇ ਸਕੂਲ ਦੇ ਸਾਲਾਨਾ ਸਮਾਗਮ ਵਿੱਚ ਤੁਸੀਂ ਕੀ ਕਰਦੇ ਹੋ ਸਮਾਗਮ ਵਿੱਚ ਭਾਗੀਦਾਰੀ ਕਰਾਂਗਾ ਛੁੱਟੀ ਲੈ ਲਵਾਂਗਾ ਸਕੂਲ ਲੇਟ ਆਵਾਂਗਾ ਪਤਾ ਨਹੀਂ ਦੇਖੋ ਸਕੂਲ ਦੇ ਸਾਲਾਨਾ ਸਮਾਗਮ ਨੂੰ ਸਾਰੇ ਬੱਚੇ ਪਸੰਦ ਕਰਦੇ ਐ ਤੇ ਸਾਰੇ ਮੇਰੇ ਹਿਸਾਬ ਨਾਲ ਤਾਂ ਭਾਗੀਦਾਰੀ ਕਰਦੇ ਐ ਤਾਂ ਨੰਬਰ 1 ਦਾ ਆਨਸਰ ਬਣੇਗਾ 24ਵਾਂ ਕੁਐਸਚਨ ਕੀ ਤੁਹਾਨੂੰ ਹਰ ਰੋਜ਼ ਦੁਪਹਿਰ ਦਾ ਭੋਜਨ ਮਿਲਦਾ ਹੈ ਮੀਡਡੇ ਮੀਲ ਹਰ ਸਕੂਲ 'ਚ ਬਣ ਰਿਹਾ ਹੈ ਤਾਂ ਆਪਾਂ ਇਹਦਾ ਆਨਸਰ ਹਾਂ ਦੇਵਾਂਗੇ ਕੀ ਤੁਹਾਨੂੰ ਦੁਪਹਿਰ ਦੇ ਖਾਣੇ ਵਿੱਚ ਹਰ ਰੋਜ਼ ਅਲੱਗ-ਅਲੱਗ ਭੋਜਨ ਮਿਲਦਾ ਹੈ ਹਾਂ ਆਪਣਾ ਮੀਡਡੇ ਮੀਲ ਮੀਨੂ ਬਣਾ ਹੋਇਆ ਹੈ ਤਾਂ ਸਹੀ ਹੈ ਹਾਂ ਕੀ ਤੁਹਾਨੂੰ ਸਕੂਲ ਵਿੱਚ ਪੀਣ ਲਈ ਸਾਫ਼ ਪਾਣੀ ਮਿਲਦਾ ਹੈ? ਜ਼ਿਆਦਾਤਰ ਸਕੂਲਾਂ ਦੇ ਵਿੱਚ ਵਾਟਰ ਫਿਲਟਰ ਲੱਗੇ ਹੋਏ ਆ। ਵਾਟਰ কুলਰ ਜਿਹੜਾ ਹੈ ਫਿਲਟਰਡ ਵਾਟਰ ਮਿਲ ਰਿਹਾ ਤਾਂ ਹਾਂ ਆਨਸਰ ਹੈ। ਕੀ ਤੁਹਾਡੇ ਸਕੂਲ ਵਿੱਚ ਬਿਜਲੀ ਹੈ? ਹਰ ਸਕੂਲ ਦੇ ਵਿੱਚ ਅੱਜ ਦੇ ਟਾਈਮ ਵਿੱਚ ਬਿਜਲੀ ਪਹੁੰਚ ਚੁੱਕੀ ਹੈ ਤਾਂ ਆਪਾਂ ਹਾਂ ਹੀ ਕਹਿਣਾ। ਸਹੀ ਸਮਝਾਂਗੇ। 28th ਕੋਵਿਡ-19 ਦੌਰਾਨ ਤੁਸੀਂ ਘਰ ਵਿੱਚ ਰਹਿ ਕੇ ਇਹ ਲਿਖਿਆ ਵਿੱਚੋਂ ਕੀ ਕੁਝ ਸਿੱਖਿਆ? ਪੇਂਟਿੰਗ ਡਰਾਇੰਗ ਆਰਟ ਐਂਡ ਕ੍ਰਾਫਟ ਐਂਡ ਕੁਝ ਨਹੀਂ ਇਹਦਾ ਆਨਸਰ ਕੀ ਹੋਊਗਾ ਹਰ ਇੰਡੀਵਿਜੂਅਲ ਬੱਚੇ ਦਾ ਅਲੱਗ-ਅਲੱਗ ਹੋਏਗਾ ਕਿਸ ਨੇ ਪੇਂਟਿੰਗ ਸਿੱਖੀ ਕਿਸ ਨੇ ਡਰਾਇੰਗ ਕਿਸ ਨੇ ਆਰਟ ਐਂਡ ਕ੍ਰਾਫਟ ਇਹ ਆਪਣੇ ਅਕੋਰਡਿੰਗ ਤੁਸੀਂ ਆਨਸਰ ਲਿਖਾਣਾ ਹੈ ਮੇਰੇ ਖਿਆਲ ਚ ਸਭ ਨੇ ਕੁਝ ਨਾ ਕੁਝ ਤਾਂ ਜ਼ਰੂਰ ਕੀਤਾ ਤਾਂ ਇਨ ਫਰਸਟ 3 ਦੇ ਵਿੱਚੋਂ ਕੋਈ ਵੀ ਆਪਸ਼ਨ ਚੂਜ਼ ਕਰ ਸਕਦੇ ਹੋ 29 ਕੋਵਿਡ ਦੌਰਾਨ ਘਰ ਵਿੱਚ ਰਹਿੰਦੇ ਹੋਏ ਤੁਸੀਂ ਕਿਸ ਸਾਧਨ ਨਾਲ ਪੜ੍ਹਾਈ ਕੀਤੀ ਟੈਲੀਵਿਜ਼ਨ ਲੈਪਟਾਪ ਰੇਡੀਓ ਫੋਨ देखो ये ਤੁਸੀਂ ਆਪਣੇ ਅਕੋਰਡਿੰਗ ਲਿਖ ਸਕਦੇ ਹੋ ਜਿੱਥੋਂ ਤੁਸੀਂ ਜ਼ਿਆਦਾ ਪੜ੍ਹੇ ਹੋ ਜ਼ਿਆਦਾਤਰ ਬੱਚੇ ਫੋਨ ਤੋਂ ਪੜ੍ਹੇ ਆ 30 ਲੰਬੇ ਸਮੇਂ ਬਾਅਦ ਸਕੂਲ ਖੁੱਲ੍ਹੇ ਹਨ ਇਸ ਲਈ ਵਿਦਿਆਰਥੀ ਬਹੁਤ ਉਤਸ਼ਾਹਿਤ ਹਨ ਅਧਿਆਪਕ ਬੱਚਿਆਂ ਨੂੰ ਮਾਸਕ ਪਾ ਕੇ ਸਕੂਲ ਆਨਲਾਈਨ کہہ ਰਹੇ ਹਨ ਤਾਂ ਕਿ ਬੱਚੇ ਕਰੋਨਾ ਤੋਂ ਬਚ ਸਕਣ ਇਸ ਅਨੁਸਾਰ ਤੁਸੀਂ ਹੇਠ ਲਿਖਿਆ ਨਾਲ ਸਹਿਮਤ ਹੋ ਜਾਂ ਅਸਹਿਮਤ ਹੋ ਨੰਬਰ 1 ਸਕੂਲ ਖੁੱਲਣ ਕਾਰਨ ਵਿਦਿਆਰਥੀ ਖੁਸ਼ ਹਨ ਮੇਰੇ ਅਕੋਰਡਿੰਗ ਬੱਚੇ ਜ਼ਿਆਦਾਤਰ ਖੁਸ਼ ਹੀ ਹਨ ਸਹਿਮਤ ਆਨਸਰ ਆਏਗਾ ਸੈਕਿੰਡ ਅਧਿਆਪਕਾਂ ਨੂੰ ਬੱਚਿਆਂ ਦੀ ਫਿਕਰ ਹੈ ਇਸ ਲਈ ਮਾਸਕ ਪਾਉਣ ਲਈ ਕਹਿ ਰਹੇ ਹਨ ਜੀ ਹਾਂ ਸਹਿਮਤ ਮਾਸਕ ਪਾਉਣ ਨਾਲ ਕਰੋਨਾ ਤੋਂ بچਿਆ ਜਾ ਸਕਦਾ ਹੈ ਸਹਿਮਤ ਅਧਿਆਪਕਾਂ ਦੀ ਗੱਲ ਮੰਨਣ ਨਾਲ ਕਰੋਨਾ ਤੋਂ بچਿਆ ਜਾ ਸਕਦਾ ਹੈ ਸਹਿਮਤ ਜੇ ਅਸੀਂ ਅਧਿਆਪਕਾਂ ਦੀ ਗੱਲ ਮੰਨਾਂਗੇ ਮਾਸਕ ਪਾਵਾਂਗੇ ਡਿਸਟੈਂਸ ਬਣਾ ਕੇ ਰੱਖਾਂਗੇ ਹੈਂਡ ਵਾਸ਼ ਕਰਾਂਗੇ ਤਾਂ ਜ਼ਰੂਰ ਬਚਿਆ ਜਾ ਸਕਦਾ ਹੈ ਇਹ ਕੁਝ ਕੁਸ਼ਨ ਹੈ ਜਿਹੜੇ ਚਾਈਲਡਹੂਡ ਸਪੈਸ਼ਲ ੀਡਜ਼ ਲਈ ਹੈ ਕੁਸ਼ਨ ਹੈ ਕਿ ਅਧਿਆਪਕ ਤੁਹਾਡੇ ਨਾਲ ਪਿਆਰ ਨਾਲ ਗੱਲ ਕਰਦੇ ਹਨ ਜ਼ਿਆਦਾਤਰ ਕੇਸ ਵਿੱਚ ਦੇ ਆਪਕ ਪਿਆਰ ਨਾਲ ਹੀ ਕਰਦੇ ਆ ਤਾਂ ਹਾਂ ਅਨਸਰ ਬਣੇਗਾ ਨੈਕਸਟ ਕੀ ਅਧਿਆਪਕ ਤੁਹਾਨੂੰ ਪੜਾਉਣ ਲਈ ਵਿਸ਼ੇਸ਼ ਤਕਨੀਕਾਂ ਨਿਯੰਤਰਣ ਦੀ ਵਰਤੋਂ ਕਰਦੇ ਹਨ ਆ ਉਹ ਤੁਹਾਨੂੰ ਤੁਹਾਡੇ ਤੁਹਾਡੇ ਹਿਸਾਬ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਹਾਂ ਕੀ ਤੁਹਾਨੂੰ ਆਪਣਾ ਕੰਮ ਪੂਰਾ ਕਰਨ ਲਈ ਸਮੇਂ-ਸਮੇਂ ਤੇ ਲੋੜੀਂਦੀ ਸਹਾਇਤਾ ਮਿਲਦੀ ਹੈ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਹੈਲਪ ਕਰਦੇ ਆ ਹਾਂ ਕੀ ਕੋਵਿਡ ਸਮੇਂ ਸਕੂਲ ਬੰਦ ਦੌਰਾਨ ਤੁਹਾਡੇ ਅਧਿਆਪਕ ਵੱਲੋਂ ਤੁਹਾਨੂੰ ਵਿਸ਼ੇਸ਼ ਸਹਾਇਤਾ ਦਿੱਤੀ ਗਈ ਹਾਂ ਕਿਉਂਕਿ ਫੋਨਸ ਦੇ ਥਰੂ ਤੁਹਾਨੂੰ ਪੜਾਇਆ ਗਿਆ ਨੈਕਸਟ 10th ਕਲਾਸ ਦੇ ਸਟੂਡੈਂਟਸ ਲਈ ਕੁਝ ਕੁਐਸਚਨਸ ਹੈ ਇਸ ਸਕੂਲ ਵਿੱਚ ਸਾਰੇ ਵਿਦਿਆਰਥੀਆਂ ਨੂੰ ਖੇਡਾਂ ਦੇ ਮੌਕੇ ਮਿਲਦੇ ਹਨ ਜੀ ਹਾਂ ਗੇਮਸ ਪੀਰੀਅਡ ਹੈ ਤਾਂ ਸਾਰੇ ਖੇਡਦੇ ਹਨ ਕੀ ਤੁਹਾਡੇ ਦੇ ਸਾਰੇ ਅਧਿਆਪਕ ਜਮਾਤ ਵਿੱਚ ਉਚਿਤ ਸਹਾਇਕ ਸਮਗਰੀ ਅਤੇ ਪੜਾਉਣ ਵਿਧੀਆਂ ਨਾਲ ਪੜਾਉਂਦੇ ਹਨ ਉਚਿਤ ਸਹਾਇਕ ਸਹਾਇਕ ਸਮਗਰੀ ਦੇ ਵਿੱਚ ਬਹੁਤ ਕੁਝ ਆ ਜਾਂਦਾ ਹੈ ਇਹਦੇ ਵਿੱਚ ਐਕਸਟਰਾ ਬੁੱਕਸ ਆ ਜਾਂਦੀਆਂ ਪ੍ਰੋਜੈਕਟਰਸ ਆ ਜਾਂਦੇ ਆ ਐਜੂ ਸੈਟ ਆ ਜਾਂਦਾ ਹੈ ਹੋਰ ਆਪਣੀਆਂ ਗੇਮਿੰਗ ਮੈਥਡਸ ਆ ਜਾਂਦੇ ਆ ਮਾਡਲਸ ਆ ਜਾਂਦੇ ਆ ਤਾਂ ਇਹਨਾਂ ਨੂੰ ਇਹਦੇ ਵਿੱਚ ਕਾਊਂਟ ਕਰਦੇ ਆ ਤਾਂ ਇਹਦੇ ਵਿੱਚ ਕੀ ਸਾਰੇ ਅਧਿਆਪਕ ਯੂਜ਼ ਕਰਦੇ ਆ ਕੁਝ ਅਧਿਆਪਕ ਜ਼ਿਆਦਾਤਰ ਕੋਈ ਨਹੀਂ ਇਹ ਤੁਸੀਂ ਆਪਣੇ ਅਕੋਰਡਿੰਗ ਲਿਖਣਾ ਹੈ ਵੈਸੇ ਅੱਜ ਦੇ ਟਾਈਮ ਦੇ ਵਿੱਚ ਸਾਰੇ ਅਧਿਆਪਕ ਕੁਛ ਨਾ ਕੁਛ ਯੂਜ਼ ਕਰ ਰਹੇ ਆ ਤਾਂ ਫਸਟ ਆਪਸ਼ਨ ਮੈਂ ਕਰੈਕਟ ਸਮਝੂੰਗੀ 3rd ਕੁਐਸਚਨ ਹੈ ਕਿ ਸਕੂਲ ਵਿੱਚ ਨਵੀਂ ਟੈਕਨੋਲੋਜੀ ਦੀ ਵਰਤੋਂ ਕੀਤੀ ਜਾਂਦੀ ਹੈ ਨਵੀਂ ਟੈਕਨੋਲੋਜੀ ਦੇ ਵਿੱਚ ਕੰਪਿਊਟਰਸ ਆ ਜਾਂਦੇ ਆ ਪ੍ਰੋਜੈਕਟਰਸ ਆ ਜਾਂਦੇ ਆ ਐਜੂ ਸੈਟ ਲੈਬ ਆ ਜਾਂਦੀ ਹੈ ਆਪਣੀ ਫੋਨਸ ਦੇ ਥਰੂ ਆਪਾਂ ਪ੍ਰੋਜੈਕਟਰਸ ਨੂੰ ਚਲਾ ਸਕਦੇ ਆ ਤਾਂ ਇਹ ਟੈਕਨੋਲੋਜੀਸ ਆ ਜਾਂਦੀਆਂ ਤਾਂ ਆਪਾਂ ਹਾਂ ਕਵਾਂਗੇ ਕਿਉਂਕਿ ਹਰ ਸਕੂਲ ਦੇ ਵਿੱਚ ਕੁਝ ਨਾ ਕੁਝ ਅਵੇਲੇਬਲ ਹੈ ਅਜਿਹੇ ਟਾਈਮ 'ਚ ਕੀ ਸਾਰੇ ਵਿਦਿਆਰਥੀ ਜਮਾਤਵੀਆਂ ਗਤੀਵਿਧੀਆਂ ਵਿੱਚ ਭਾਗ ਲੈਂਦੇ ਹਨ ਜ਼ਿਆਦਾਤਰ ਕਲਾਸਾਂ ਦੇ ਵਿੱਚ ਲੈਂਦੇ ਹੀ ਹਨ ਤਾਂ ਹਾਂ கரੈਕਟ ਆਨਸਰ ਹੋਏਗਾ ਇਹ ਜ਼ਰੂਰੀ ਨਹੀਂ ਹੈ ਵੀ ਹਾਂ ਹਰ ਬੱਚੇ ਦੇ ਇੱਕੋ ਸਬਜੈਕਟ ਚ ਅੱਗੇ ਹੋਣਾ ਉਹ ਕਿਸੇ ਹੋਰ ਸਬਜੈਕਟ ਚ ਲੈ ਸਕਦਾ ਹੈ ਤਾਂ ਮੀਨਸ ਉਹ ਕਿਸੇ ਨਾ ਕਿਸੇ ਸਬਜੈਕਟ 'ਚ ਕੰਮ ਕਰ ਰਿਹਾ ਹੁੰਦਾ ਹੈ ਤਾਂ ਆਨਸਰ ਆਏਗਾ ਫੋਰ ਦਾ ਨੈਕਸਟ 5th ਕੀ ਅਧਿਆਪਕ ਤੁਹਾਡੇ ਮਾਤਾ ਪਿਤਾ ਨੂੰ ਤੁਹਾਡੀ ਪੜਾਈ ਬਾਰੇ ਜਾਗਰੂਕ ਕਰਦੇ ਹਨ ਪੀਟੀਐਮਸ ਅੱਜਕੱਲ ਹੋ ਰਹੀਆਂ ਤਾਂ ਸਾਰੇ ਅਧਿਆਪਕ ਕਰਦੇ ਹਨ ਤਾਂ ਆਪਣਾ ਕਰੈਕਟ ਆਨਸਰ 1 ਬਨੇਗਾ ਕੀ ਸਕੂਲ ਵਿੱਚ ਤੁਹਾਨੂੰ ਪੜਾਅ ਅਗਲੀ ਪੜਾਈ ਜਾਂ ਵਕਤ ਕੈਰੀਅਰ ਚੁਣਨ ਲਈ ਅਗਵਾਈ ਦਿੱਤੀ ਜਾਂਦੀ ਹੈ ਹਾਂ ਕੈਰੀਅਰਾਂ ਦਾ ਕਾਉਂਸਲਿੰਗ ਦੇ ਕੈਰੀਅਰਾਂ ਕੈਰੀਅਰ ਬਾਰੇ ਆਪਾਂ ਨੂੰ ਦੱਸਿਆ ਜਾਂਦਾ ਹੈ ਇਹਦੇ ਕੈਂਪਸ ਵੀ ਲਗਾਏ ਜਾਂਦੇ ਆ ਇਹਦੇ ਮੀਟਿੰਗਸ ਵੀ ਹੁੰਦੀਆਂ ਤਾਂ ਆਪਣੇ ਹਾਂ ਆਂਸਰ ਆਏਗਾ ਨੈਕਸਟ 7 ਕੀ ਸਕੂਲ ਵਿੱਚ ਵਿਦਿਆਰਥੀਆਂ ਨੂੰ ਸਰੇ ਸਜ਼ਾ ਦਿੱਤੀ ਜਾਂਦੀ ਹੈ ਕੁਝ ਅਧਿਆਪਕਾ ਦੁਆਰਾ ਸਾਰੇ ਅਧਿਆਪਕਾ ਦੁਆਰਾ ਸਿਰਫ ਪੁਰਸ਼ ਅਧਿਆਪਕਾ ਦੁਆਰਾ ਕੋਈ ਨਹੀਂ ਇਹ ਤੁਸੀਂ ਆਪਣੇ ਅਕੋਰਡਿੰਗ ਦੇਖਣਾ ਹੈ ਵੈਸੇ ਜ਼ਿਆਦਾਤਰ ਨਹੀਂ ਦਿੱਤੀ ਜਾਂਦੀ ਕੋਈ ਜ਼ਿਆਦਾ ਸ਼ਰਾਰਤ ਕਰ ਜੇ ਜਾਂ ਕੋਈ ਉਦੋਂ ਚਾਹੇ ਕੋਈ ਹੋ ਜੇ ਨਹੀਂ ਤਾਂ ਨਹੀਂ ਦਿੱਤੀ ਜਾਂਦੀ ਤੇ 8th ਕੁਐਸਚਨ ਕੀ ਸਕੂਲ ਵਿੱਚ ਕੋਈ ਅਜਿਹਾ ਅਧਿਆਪਕ ਹੈ ਜਿਸ ਤੋਂ ਤੁਹਾਨੂੰ ਡਰ ਲੱਗਦਾ ਹੈ ਡੀਪੀਈ ਜਮਾਤ ਇਨਚਾਰਜ ਸਾਰੇ ਅਧਿਆਪਕ ਕੋਈ ਨਹੀਂ ਦੇਖੋ ਡਰ ਡਰ ਕਿਨੂੰ ਲੱਗਦਾ ਹੈ ਡਰ ਉਸ ਨੂੰ ਲੱਗਦਾ ਜੋ ਆਪਣਾ ਕੰਮ ਪੂਰਾ ਨਹੀਂ ਕਰਦਾ ਜਾਂ ਕੋਈ ਇਨਡਿਸਿਪਲਨ ਕਰਦਾ ਹੈ ਜਦੋਂ ਕੋਈ ਗਲਤ ਨਹੀਂ ਹੈ ਤਾਂ ਉਹਨੂੰ ਡਰ ਨਹੀਂ ਲੱਗੂਗਾ ਉਹਨੂੰ ਕੋਈ ਅਧਿਆਪਕ ਕੁਝ ਨਹੀਂ ਕਹੇਗਾ ਤਾਂ ਜਿਆਦਾਤਰ ਬੱਚੇ ਕੀ ਹੋਣਗੇ ਉਹਨਾਂ ਨੂੰ ਡਰ ਨਹੀਂ ਲੱਗਦਾ ਹੋਵੇਗਾ ਤਾਂ 4th ਆਨਸਰ ਕਨੈਕਟ ਬਨੇਗਾ ਨੈਕਸਟ 9 ਕੁਐਸਚਨ ਕੀ ਤੁਹਾਡੇ ਸਕੂਲ ਵਿੱਚ ਲਿੰਗ ਆਧਾਰਿਤ ਵਿਤਕਰਾ ਹੁੰਦਾ ਹੈ ਲਿੰਗਿਤ ਦਾ ਆਧਾਰਿਤ ਵਿਤਕਰਾ ਮਤਲਬ ਕੁੜੀਆਂ ਜਾਂ ਮੁੰਡਿਆਂ ਦੇ ਵਿੱਚ ਕੋਈ ਪਾਰਸ਼ੀਅਲਟੀ ਹੋ ਰਹੀ ਹੈ ਕਿ ਨਹੀਂ ਸਿਰਫ ਕੁੜੀਆਂ ਨਾਲ ਸਿਰਫ ਮੁੰਡਿਆਂ ਨਾਲ ਦੋਨਾਂ ਨਾਲ ਕਿਸੇ ਨਾਲ ਨਹੀਂ ਵੈਸੇ ਇਹੋ ਜਿਹਾ ਕੋਈ ਸਕੂਲ ਜਾਂ ਕੋਈ ਟੀਚਰ ਨਹੀਂ ਹੋਣਾ ਜੋ ਜਾਂ ਤਾਂ ਗਰਲਸ ਨੂੰ ਪ੍ਰੇਫਰ ਕਰੇ ਜਾਂ ਬॉयਸ ਨੂੰ ਪ੍ਰੇਫਰ ਕਰੇ ਤਾਂ ਸਾਰਿਆਂ ਨੂੰ ਇੱਕੋ ਜਿਹਾ ਹੀ ਸਮਝਿਆ ਜਾਂਦਾ ਤਾਂ ਕਿਸੇ ਨਾਲ ਨਹੀਂ ਆਨਸਰ ਹੋਏਗਾ 10th ਕੁਐਸਚਨ ਤੁਹਾਡੇ ਅਧਿਆਪਕ ਤੁਹਾਡੇ ਦੁਆਰਾ ਪੁੱਛੇ ਗਏ ਸਵਾਲਾਂ ਦਾ ਜਵਾਬ ਕਿੰਨੀ ਵਾਰ ਦਿੰਦੇ ਹਨ ਇੱਕ ਵਾਰ ਦੋ ਵਾਰ ਦੋ ਵਾਰ ਜਵਾਬ ਨਹੀਂ ਦਿੰਦੇ ਜਦ ਤੱਕ ਸਮਝ ਨਾ ਆ ਜਾਵੇ ਇਦਾਂ ਸਿਰ ਫੋਰਥ ਬਣੇਗਾ ਜਦੋਂ ਤੱਕ ਸਮਝ ਨਾ ਆ ਜਾਵੇ ਕਿਉਂਕਿ ਰਿਵੀਜ਼ਨ ਚਲਦੀ ਰਹਿੰਦੀ ਹੈ ਉਦੋਂ ਤੱਕ ਜਦੋਂ ਤੱਕ ਤੁਹਾਨੂੰ ਪੂਰਾ ਸਮਝ ਨਹੀਂ ਆ ਜਾਂਦਾ ਨੈਕਸਟ ਸੈਂਪਲ OMR ਸ਼ੀਟ ਸੈੱਟ 1 ਲਈ ਪਹਿਲਾਂ ਤੁਸੀਂ ਸਕੂਲ ਦਾ ਨਾਮ ਭਰਨਾ ਹੈ ਫਿਰ ਵਿਦਿਆਰਥੀ ਦਾ ਨਾਮ ਭਰਨਾ ਹੈ ਬਲੂ ਤੇ ਬਲੈਕ ਬਾਲ ਪੁਆਇੰਟ ਪੈਨ ਯੂਜ਼ ਕਰਨਾ ਹੈ ਪਰੰਦਾ ਸਹੀ ਤਰੀਕਾ ਇਸ ਤਰ੍ਹਾਂ ਨਾਲ ਗੋਲਾ ਕਰਨਾ ਹੈ ਗੋਲ ਨੂੰ ਕਰਨਾ ਕੋਈ ਕ੍ਰਾਸ ਸਟਿੱਕ ਜਾਂ ਹਾਫ ਫਿਲ ਨਹੀਂ ਕਰਨਾ ਯੂ ਦਾ ਇਸ ਕੋਡ ਲੈਣਾ ਹੈ ਸਕੂਲ ਦੇ ਜੋ ਲੈ ਸਕਦੇ ਹੋ ਆਪਦੀ ਡੇਟ ਆਫ ਬਰਥ ਆਧਾਰ ਨੰਬਰ ਸਕੂਲ ਵਿੱਚ ਦਾਖਲੇ ਦੀ ਮਿਤੀ ਆਪਣੇ ਟੀਚਰ ਤੋਂ ਲੈ ਸਕਦੇ ਹੋ ਸੈਕਸ਼ਨ ਯੂਅਰ ਆਈਡੀ ਸੋਸ਼ਲ ਗਰੁੱਪ ਆਪਣਾ ਮਤਲਬ ਕੈਟਾਗਰੀ ਜਨਰਲ ਐਸ ਸੀ ਬੀ ਸੀ ਸੀ ਡਬਲਯੂ ਐਸ ਐਨ ਮਾਧਿਮ ਪੰਜਾਬੀ ਇੰਗਲਿਸ਼ ਹਿੰਦੀ ਖੇਤਰ ਕੋਡ ਪਿੰਡੁ ਸ਼ਹਿਰੀ ਸਕੂਲ ਮੈਨੇਜਮੈਂਟ ਸਰਕਾਰੀ ਕੇ ਐਡਿਡ ਲਿੰਗ ਮੀਨਸ ਕੁੜੀ ਜਾਂ ਮੁੰਡਾ ਟੈਸਟ ਫਾਰਮ ਤੇ ਅੱਗੇ ਆ ਤੁਹਾਡੀ ਆਨਸਰ ਕੀ ਲਈ ਪਲੇਸ ਇਹ ਤੁਹਾਡੀ OMR ਸ਼ੀਟ ਦਾ ਸੈਂਪਲ ਹੈ ਇਹ ਸੈਂਪਲ ਸੈੱਟ ਨੰਬਰ 1 ਹੈ ਆਨਸਰਸ ਮੈਂ ਅੱਜ ਡਿਸਕਸ ਕੀਤੇ ਆ ਇਸ ਤੋਂ ਬਾਅਦ ਮੈਂ ਡਿਸਕਸ ਕਰੂੰਗੀ ਸੈੱਟ 2 ਇਨ ਨੈਕਸਟ ਵੀਡੀਓ ਸੋ ਪਲੀਜ਼ ਸਬਸਕ੍ਰਾਈਬ ਦਿਸ ਚੈਨਲ And share it to your friends more and more. Thank you very much.